ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਸ਼ਰਨ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਅਲੋਕ ਵਰਮਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ। ਕਾਂਗਰਸ ਨੇ ਕੀਤਾ CBI ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ। ਸੁਖਬੀਰ ਬਾਦਲ ਤੇ ਜੁੱਤੀ ਸੁੱਟਣ ਵਾਲੇ ਸਿੱਖ ਕਾਰਕੁਨਾਂ ਨੂੰ ਮਿਲੇ ਸੁਖਪਾਲ ਖਹਿਰਾ। 29 ਨਵੰਬਰ ਨੂੰ ਸੰਗਰੂਰ ਜੇਲ੍ਹ ਦੇ ਬਾਹਰ ਧਰਨੇ ਦਾ ਵੀ ਕੀਤਾ ਐਲਾਨ। ਕਾਂਗਰਸ ਅਤੇ ਅਕਾਲੀ ਦਲ ਤੇ ਲਗਾਏ ਕਈ ਗੰਭੀਰ ਇਲਜ਼ਾਮ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ। 1 ਲੱਖ ਤੋਂ ਵੱਧ ਫੁੱਲਾਂ ਨਾਲ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ। ਵੱਡੀ ਗਿਣਤੀ ਵਿੱਚ ਸੰਗਤਾਂ ਭਰ ਰਹੀਆਂ ਨੇ ਹਾਜ਼ਰੀ। ਹੁਣ ਖਬਰਾਂ ਵਿਸਥਾਰ ਨਾਲ। ਜਬਰਨ ਛੁੱਟੀ ਤੇ ਭੇਜੇ ਗਏ CBI ਦੇ ਮੁਖੀ ਅਲੋਕ ਵਰਮਾ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਚੁੱਕੇ ਨੇ, ਜਿੱਥੇ ਇਸ ਸਬੰਧੀ ਅੱਜ ਸੁਣਵਾਈ ਹੋਵੇਗੀ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਅੱਜ CBI ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਇਸ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਰਨਗੇ। ਇਸ ਪ੍ਰਦਰਸ਼ਨ ਵਿੱਚ ਆਸ਼ਾ ਕੁਮਾਰੀ, ਹਰੀਸ਼ ਚੌਧਰੀ ਤੋਂ ਇਲਾਵਾ ਕਈ ਹੋਰ ਕਾਂਗਰਸੀ ਆਗੂ ਵੀ ਸ਼ਿਰਕਤ ਕਰਨਗੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜੁੱਤੀ ਸੁੱਟਣ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ ਵਿੱਚ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ। ਇਸ ਮਾਮਲੇ ਵਿੱਚ ਆਪ ਦਾ ਬਾਗੀ ਹੋਇਆ ਖਹਿਰਾ ਧੜਾ ਇਹਨਾਂ ਵਿਅਕਤੀਆਂ ਨੂੰ ਬਾਹਰ ਕਢਾਉਣ ਲਈ ਪੂਰਾ ਜ਼ੋਰ ਲਗਾ ਰਿਹਾ। ਜੇਲ੍ਹ ਵਿੱਚ ਬੰਦ ਇਹਨਾਂ ਕਾਰਕੁਨਾਂ ਦੇ ਨਾਲ ਸੁਖਪਾਲ ਖਹਿਰਾ ਨੇ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ 7 ਅਕਤੂਬਰ ਨੂੰ ਹੋਈ ਪਟਿਆਲਾ ਰੈਲੀ ਤੋਂ ਪਹਿਲਾਂ ਸੰਗਰੂਰ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਲੋਕਾਂ ਤੇ ਪੁਲਿਸ ਵੱਲੋਂ 307 ਲਾਉਣ ਦਾ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਵੱਖ ਵੱਖ ਸਿਆਸੀ ਧਿਰਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਕੇਸ 'ਚ ਇਰਾਦਾ ਕਤਲ ਵਰਗੀ ਸੰਗੀਨ ਧਾਰਾ ਜੋੜਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਸੰਗਰੂਰ ਜੇਲ੍ਹ ਵਿੱਚ ਬੰਦ ਇਹਨਾਂ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਖਪਾਲ ਖਹਿਰਾ ਨੇ ਜਿੱਥੇ ਇਹਨਾਂ ਕਾਰਕੁਨਾਂ 'ਤੇ ਲਾਈ ਇਰਾਦਾ ਕਤਲ ਧਾਰਾ ਹਟਾਉਣ ਦੀ ਮੰਗ ਕੀਤੀ, ਉੱਥੇ ਹੀ ਉਹਨਾਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਕੈਪਟਨ ਅਤੇ ਸੁਖਬੀਰ ਬਾਦਲ ਨੂੰ ਵੀ ਜੰਮ ਕੇ ਕੋਸਿਆ। ਸੂਝਬੂਝ ਅਸੀਂ ਰੱਖਦੇ ਹਾਂ, ਪਰ ਜੁੱਤੀ ਸੁੱਟਣ ਦਾ ਜਾਂ ਕੋਈ ਕਿਸੇ ਦੇ ਰਾਹ ਰੋਕਣ ਦੇ ਨਾਲ 307 ਲਾਉਣੀ, ਇੱਥੋਂ ਇਹ ਨਜ਼ਰ ਆਉਂਦਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਰਲੇ ਹੋਏ ਨੇ ਅਤੇ ਪੰਜਾਬ ਦੇ ਵਿੱਚ ਇੱਕ ਦੂਜੇ ਦੀ ਜ਼ਿਆਦਾ ਚਿੰਤਾ ਵਾ ਬਨਿਸਬਤ ਇਨਸਾਫ ਦੇਣਾ ਲੋਕਾਂ ਨੂੰ। ਇਸ ਲਈ ਇਸ ਦਾ ਅੱਜ ਬਚਿੱਤਰ ਸਿੰਘ ਨੂੰ ਮੈਂ ਮਿਲਣ ਜਾਊਂਗਾ ਉਹਨਾਂ ਦੀ ਜੇਲ੍ਹ ਦੇ ਵਿੱਚ, ਔਰ ਅਸੀਂ ਇਹ ਬੈਠੇ ਨੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ MLA ਬਿਰਮਲ ਸਿੰਘ ਜੀ ਖਾਲਸਾ ਔਰ ਹਰਪ੍ਰੀਤ ਸਿੰਘ ਬਾਜਵਾ, ਹੋਰ ਬਹੁਤ ਸਾਰੇ ਲੋਕ ਨੇ, ਸਰਦਾਰ ਜਸਵੰਤ ਸਿੰਘ ਜੀ ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਨੇ, ਲੜੇ ਇਲੈਕਸ਼ਨ ਇੱਥੋਂ ਅਮਰਗੜ੍ਹ ਤੋਂ। ਅਸੀਂ ਸਲਾਹ ਕਰਕੇ ਕੋਈ ਤੁਹਾਨੂੰ ਡੇਟ ਦੱਸਦੇ ਹਾਂ, ਨਹੀਂ ਐਡਮਿਨਿਸਟ੍ਰੇਸ਼ਨ ਇਸ ਨੂੰ ਟੋਨ ਡਾਊਨ ਕਰੂਗੀ ਇਨਕੁਆਇਰੀ ਲਾ ਕੇ ਇਸ ਨੂੰ ਧਾਰਾਵਾਂ ਨੂੰ, ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਧਰਨਾ ਇਸ ਬੇਇਨਸਾਫੀ ਦੇ ਖਿਲਾਫ ਦਿਆਂਗੇ, ਕਿਉਂਕਿ ਯੂ ਕੈਨੋਟ ਹੈਵ ਡਬਲ ਸਟੈਂਡਰਡਸ। ਯੂ ਕੈਨੋਟ ਹੈਵ ਡਬਲ ਸਟੈਂਡਰਡਸ ਕਿ ਬਰਗਾੜੀ ਦੇ ਵਿੱਚ 3 ਸਾਲਾਂ ਦੀ FIR, ਅਣਪਛਾਤੇ ਬੰਦਿਆਂ ਦੇ ਖਿਲਾਫ ਕੋਈ ਇਨਸਾਫ ਨਹੀਂ, ਅਤੇ ਸੁਖਬੀਰ ਦੇ ਉੱਤੇ ਹਮਲੇ ਦਾ ਘੰਟਿਆਂ ਵਿੱਚ ਐਕਸ਼ਨ ਅਤੇ 307 ਧਾਰਾ ਲਾ ਕੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦੇਣਾ, ਦਿਸ ਇਜ਼ ਨੋਟ ਐਟ ਆਲ ਐਕਸੈਪਟੇਬਲ। ਇਸ ਤੋਂ ਇਲਾਵਾ ਸਿੱਖ ਕਾਰਕੁਨਾਂ ਨੂੰ ਮਿਲਣ ਪਹੁੰਚੇ ਸੁਖਪਾਲ ਖਹਿਰਾ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ ਤੇ ਨਾਲ ਹੀ ਕੇਜਰੀਵਾਲ ਧੜੇ ਖਿਲਾਫ ਵੀ ਜੰਮ ਕੇ ਭੜਾਸ ਕੱਢੀ। ਕੰਪਲੀਟ ਅਟੋਨਮੀ ਔਰ 13 ਦੀਆਂ 13 ਸੀਟਾਂ ਦਾ ਫੈਸਲਾ ਪੰਜਾਬ ਦੀ ਧਰਤੀ ਤੋਂ ਹੋਊਗਾ, ਇਸ ਆਧਾਰ ਤੇ ਗੱਲਬਾਤ ਹੁੰਦੀ ਆ, ਹੋਈ ਆ ਸਾਰੀ, ਪਰੰਤੂ ਗੱਲਬਾਤ ਤੋਂ ਚੰਦ ਘੰਟਿਆਂ ਬਾਅਦ ਇੱਕ ਪ੍ਰੈਸ ਰਿਲੀਜ਼ ਜਾਂਦੀ ਆ ਕਿ ਅਸੀਂ 14 ਆਦਮੀ ਹੋਰ ਨਿਯੁਕਤ ਕਰ ਦਿੱਤੇ ਨੇ, ਇੰਨੇ ਪ੍ਰਧਾਨ ਲਾ ਤੇ, ਇੰਨੇ ਹਲਕਾ ਇੰਚਾਰਜ ਲਾ ਤੇ, ਉਹ ਕਰਦਾ ਆਹ ਕਰਦਾ, ਦਿਸ ਇਜ਼ ਨੋਟ ਫੇਅਰ। ਜਦ ਆਪਾਂ ਇੱਕ ਡਾਇਲੋਗ ਕਰ ਰਹੇ ਹਾਂ ਤਾਂ ਵੈਸੇ ਨੋਰਮਲ ਡੀਸੈਂਸੀ ਕਹਿੰਦੀ ਆ ਪੋਲੀਟੀਕਲ ਕਿ ਇਸ ਦੇ ਦੌਰਾਨ ਇਟ ਸ਼ੁੱਡ ਬੀ ਟੋਟਲ ਟਰੂਸ ਮੀਨਸ ਪੀਸ, ਕਿ ਕੋਈ ਵੀ ਆਪਾਂ ਵਾਅਦਾ ਇੱਕ ਦੂਜੇ ਦੇ ਖਿਲਾਫ਼ ਨਹੀਂ ਕਰਨਾ, ਪਰੰਤੂ ਇਹ ਜਿਹੜਾ ਉਹਨਾਂ ਨੇ ਕੰਮ ਕੀਤਾ ਵਾ ਇੱਥੋਂ ਉਹਨਾਂ ਦੀ ਨੀਅਤ 'ਤੇ ਸ਼ੁਬਾ ਪੈਦਾ ਹੋਇਆ ਵਾ ਜਿਹੜਾ ਕਿ ਮਾੜਾ ਵਾ, ਔਰ ਉਹਨਾਂ ਨੂੰ ਇਹ ਆਪਣੀਆਂ ਜਿਹੜੀਆਂ ਅਪੁਆਇੰਟਮੈਂਟਸ ਆ ਉਹ ਵਾਪਸ ਵਿਦਡਰਾਅ ਕਰ ਲੈਣੀਆਂ ਚਾਹੀਦੀਆਂ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਸੰਗਰੂਰ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸੀ। ਇਸ ਦੌਰਾਨ ਕੁਝ ਲੋਕਾਂ ਵੱਲੋਂ ਸੁਖਬੀਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਉਹਨਾਂ ਦੀ ਗੱਡੀ ਵੱਲ ਜੁੱਤੀ ਸੁੱਟੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ 40 ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਦੀ ਧਾਰਾ ਹੇਠ ਪਰਚਾ ਦਰਜ ਕੀਤਾ ਸੀ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ।
तो बाद सूबे की सियासत पूरी तरह गरमा चुकी है। वख-वख पार्टियां दे नुमाइंदियां ने इस मामले ते कांग्रेस पार्टी नू करड़े हत्थी लिया। पार्टी अजकल नवे विवादां च घिरदी जा रही है, जिसनू लैके पंजाब कांग्रेस नू काफी नमोशी दा सामना भी करना पै रहा है। मामला बहुत ही संगीन दसा जा रहा है, जिस कैबिनेट मंत्री ते एक पंजाब सरकार दी सीनियर अधिकारी ने अश्लील मैसेज भेजन दे दोष लाए ने। इस मामले नू मीडिया विच आउण तों बाद सियासत पूरी तरह नाल पक चुकी है, जिसनू लैके अकाली दल ते आम आदमी पार्टी कांग्रेस नू कड़े हत्थी लै रही ने। अकाली दल के दलजीत सिंह चीमा ने इस मामले से निखेधी करदियां दोषी मंत्री खिलाफ सख्त कार्रवाई की मांग की है। लंबी हिचकचाट तो बाद कमेटी बना के तो सारिया किताबा जिहड़ियां 50,000 छपिया सी वो रद्द कीतिया। हुण मैनू हैरानी है कि जिहड़ी हुण किताब छपी है उहनू जे कोई पढ़ लवे तो उहदे लूं कंडे खड़े हो जांदे है कि किहड़ा बंदा हैगा जिहड़ा गुरुआं दे इतिहास नू इस हद तक जिहड़ा खराब करन ते तुलिया होया कि जिहड़े कदी असीं तथ नहीं सुने इतिहास दे उह नैगेटिव गल्लां जिहड़ियां उह बच्चियां दे मन दे विच क्यों पा रहा, किहड़ी शक्ति है, इह सरकार नू क्लीयर करना चाहीदा। क्योंकि जे कोई इह आ के सानू दसे कि गुरु अर्जन देव जी महाराज की शहादत नहीं हुई, उहनू जुर्माना दे के छड दित्ता गया सी, ते इहनू कौन प्रवान करेगा पंजाब दे विच, देश दे विच। इस तरह गुरु हरगोबिंद साहब बारे जिस तरह दीआं गल्लां लिखियां गईआं ਇਹੋ ਜਿਹੀਆਂ ਗੱਲਾਂ ਕਿ ਜਿਹੜੀਆਂ ਟੈਲੀਵਿਜ਼ਨ ਤੇ ਵੀ ਨਹੀਂ ਦੱਸੀਆਂ ਜਾ ਸਕਦੀਆਂ। ਉਧਰ ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਕੈਪਟਨ ਸਰਕਾਰ ਨੂੰ ਦੋਸ਼ੀ ਮੰਤਰੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਮਾੜੀ ਗੱਲ ਹੈ ਜੀ ਬਹੁਤ, ਔਰ ਕਾਂਗਰਸ ਦੇ ਦੋਹਰੇ ਮਾਪਦੰਡ ਇੱਥੇ ਮੂਹਰੇ ਆ ਗਏ ਨੇ। ਜੇ ਤਾਂ ਐਮਜੇ ਅਕਬਰ ਕਰਦਾ ਵਾ ਸੈਕਸ਼ੂਅਲ ਹਰਾਸਮੈਂਟ, ਸੀਨੀਅਰ ਆਈਏਐਸ ਮਹਿਲਾ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਮਾਮਲੇ 'ਚ ਕਾਂਗਰਸ ਪਾਰਟੀ ਘਿਰਦੀ ਨਜ਼ਰ ਆ ਰਹੀ ਹੈ, ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੋਸ਼ੀ ਮੰਤਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੀਆਂ ਨੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਫਰੀਦਕੋਟ ਵਿਖੇ ਠੱਗੀ ਦਾ ਆਪਣੀ ਤਰ੍ਹਾਂ ਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਜਾਲਸਾਜ਼ਾ ਨੇ ਸਫੇਦ ਘੋੜੇ ਨੂੰ ਕਾਲਾ ਰੰਗ ਪੋਤ ਕੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ। ਪੇਸ਼ ਹੈ ਇਹ ਰਿਪੋਰਟ। ਕਹਿੰਦੇ ਨੇ ਕਿ ਚਲਾਕ ਵਿਅਕਤੀ ਕਿੰਨਾ ਵੀ ਚੁਸਤ ਚਲਾਕ ਕਿਉਂ ਨਾ ਹੋਵੇ, ਇੱਕ ਨਾ ਇੱਕ ਦਿਨ ਉਸਦੀ ਚਲਾਕੀ ਦਾ ਪਰਦਾ ਫਾਸ਼ ਹੋ ਹੀ ਜਾਂਦਾ। ਅਜਿਹੇ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ ਤੋਂ, ਜਿੱਥੇ ਕੁਝ ਜਾਲਸਾਜ਼ ਵਿਅਕਤੀਆਂ ਨੇ ਚਿੱਟੇ ਘੋੜੇ ਨੂੰ ਕਾਲਾ ਰੰਗ ਕਰਕੇ ਵੇਚ ਦਿੱਤਾ। ਇਹਨਾਂ ਵਿਅਕਤੀਆਂ ਨੇ ਸਾਬਕਾ ਵਕੀਲ ਨੂੰ ਇਹ ਸਸਤਾ ਘੋੜਾ ਕਰੀਬ 17.5 ਲੱਖ ਰੁਪਏ ਵਿੱਚ ਵੇਚਿਆ, ਪਰ ਕੁਝ ਹੀ ਦਿਨਾਂ ਬਾਅਦ ਕਾਲੇ ਘੋੜੇ ਦੇ ਬਾਲ ਸਫੇਦ ਹੋਣ ਲੱਗੇ, ਜਿਸ ਤੋਂ ਬਾਅਦ ਉਹਨਾਂ ਪੁਲਿਸ ਕੋਲ ਇੱਕ ਔਰਤ ਸਣੇ ਕੁੱਲ 8 ਵਿਅਕਤੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਕਹਿਣਾ ਪੀੜਤ ਵਕੀਲ ਦਾ। ਉਸਕੇ ਨਹੀਂ, ਹਮਨੇ ਖਰੀਦਾ ਥਾ ਕਾਲਾ ਪਿਓਰ ਜੈੱਟ ਬਲੈਕ, ਔਰ ਜੋ ਉਸਕੋ ਉਹ ਲੱਗੀ ਹੋਈ ਥੀ ਮਹਿੰਦੀ, ਉਸਮੇ ਅਬ ਹੌਲੀ ਹੌਲੀ ਸਪੋਟ ਚਿੱਟੇ ਆਉਣੇ ਲੱਗ ਗਏ। ਚਿੱਟਾ ਸਪੋਟ ਤੋਂ ਚਿੱਟਾ ਤੋਂ ਬਾ ਜੋ ਬਲੈਕ ਹੈ ਉਸਕੇ ਤੋਂ ਚਿੱਟਾ ਬਾਲ ਹੀ ਨਹੀਂ ਆ ਸਕਦਾ, ਸਫੈਦ ਸਫੈਦ ਹੋਤਾ ਜੋ ਚਿੱਟਾ ਹੋ ਅਬਲਕ ਹੋਤਾ ਹੈ, ਔਰ ਜੋ ਚੀਨਾ ਜਾਂ ਚੀਨਾ ਹੋਤਾ ਹੈ, ਇਹ ਤੋਂ ਕਾਲਾ ਮੰਗਾ ਤਾਂ ਕਾਲਾ ਹੀ ਦੀ ਕਾਲਾ ਦੀਆ ਨਹੀਂ ਉਸਕੋ ਰੰਗ ਕਰਕੇ ਦੇ ਦੀਆ ਮੈਂ। ਤੋ ਸਰ ਇਹ ਕਿਤਨੇ ਕਾ ਵੇਚ ਦਿਆ ਆਪਕੋ ਇਹ ਘੋੜਾ? ਇਹ ਮੇਰੇ ਕੋਲ 17.5 ਲੱਖ ਕਾ ਵੇਚ ਦਿਆ, ਉਸਨੂੰ 17.5 ਲੱਖ ਕਾ ਵੇਚ ਦਿਆ, 17.5 ਲੱਖ ਦੋ ਚੈੱਕ ਲੈ ਲਈ, ਬਾਕੀ ਪੈਸੇ ਲੈ ਲਈਏ। ਉੱਧਰ ਫਿਲਹਾਲ ਪੁਲਿਸ ਵੱਲੋਂ ਪੀੜਤ ਪੱਖ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਡੱਬ ਖੜੱਬਾ ਘੋੜਾ ਸੀਗਾ ਅਤੇ ਉਸਨੂੰ ਰੰਗ ਕਰਕੇ ਅਤੇ ਕਾਲਾ ਰੰਗ ਕਰਕੇ ਅਤੇ ਮਹਿੰਗੇ ਭਾਅ ਉਹਨਾਂ ਨੂੰ ਸਸਤਾ ਘੋੜਾ ਜਿਹੜਾ ਵੇਚ ਦਿੱਤਾ, ਜਿਸ 'ਤੇ ਮਦਈ ਦਾ ਕਹਿਣਾ ਹੈ ਕਿ ਉਸ ਨਾਲ ਕਰੀਬ 17.5 ਲੱਖ ਦੀ ਠੱਗੀ ਇਹਨਾਂ ਲੋਕਾਂ ਨੇ ਮਾਰੀ ਹੈ। ਜੋ ਜਿਹੜੀ ਦਰਖਾਸਤ ਸੀਗੀ ਉਸ 'ਤੇ ਉੱਚ ਅਫਸਰਾਂ ਪਾਸ ਇਨਕੁਆਇਰੀ ਹੋਈ, ਜੋ ਬਾਅਦ ਇਨਕੁਆਇਰੀ ਜਿਹੜਾ ਇਹ ਪਰਚਾ ਹੈ ਇਹ 7 ਮਰਦਾਂ ਅਤੇ 1 ਔਰਤ ਦੇ ਖਿਲਾਫ਼ ਹੈ, ਜਿਹੜਾ ਅਧੀਨ ਧਾਰਾ 420 ਵੀ ਥਾਣਾ ਸਿਟੀ ਫਰੀਦਕੋਟ ਵਿਖੇ ਦਰਜ ਕੀਤਾ ਗਿਆ ਹੈ ਅਤੇ ਜਿਸ ਦੀ ਪੜਤਾਲ ਜਾਰੀ ਹੈ। ਸਰ ਕਿਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਕਿ ਪੰਜਾਬ ਦੇ ਹੋਰ ਵੀ ਕਿਤੇ? ਇਹ ਬਾਕੀ ਇਹਨਾਂ ਦਾ ਹਜੇ ਡਿਟੇਲ ਇਹਦੀ ਆਈ ਨਹੀਂ ਗਈ, ਪੜਤਾਲ ਚੱਲ ਰਹੀ ਹੈ। ਇਹ ਵੱਖ ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਸੰਬੰਧਿਤ ਨੇ, ਕੁਛ ਮਾਨਸੇ ਸਾਈਡ ਦੇ ਇਸ ਸਾਈਡ ਦੇ ਨੇ। ਸਫੇਦ ਘੋੜਿਆਂ ਨੂੰ ਕਾਲਾ ਰੰਗ ਕਰਕੇ ਵੇਚਣ ਦਾ ਧੰਦਾ ਭਾਵੇਂ ਸੁਣਨ ਵਿੱਚ ਨਵਾਂ ਲੱਗਦਾ ਹੋਵੇ, ਪਰ ਇਹ ਗੋਰਖ ਧੰਦਾ ਨਾ ਕੋਈ ਨਵਾਂ ਤੇ ਨਾ ਹੀ ਕੋਈ ਮਾਮੂਲੀ। ਇਸ ਤੋਂ ਪਹਿਲਾਂ 2016 ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਟੱਡ ਫਾਰਮ ਦੇ ਨਾਮ ਤੇ ਵੀ ਕੁਝ ਵਿਅਕਤੀ ਭੋਲੇ ਭਾਲੇ ਘੋੜਾ ਵਪਾਰੀਆਂ ਨਾਲ ਲੱਖਾਂ ਰੁਪਈਆਂ ਦੀ ਠੱਗੀ ਮਾਰ ਚੁੱਕੇ ਨੇ। ਲਹਿਜ਼ਾ ਪ੍ਰਸ਼ਾਸਨ ਨੂੰ ਅਜਿਹੇ ਗੁੰਡਾ ਅਨਸਰਾਂ ਖਿਲਾਫ਼ ਫੌਰੀ ਤੌਰ ਤੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਹੁਣ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ, ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ।
ब्रेक तो बाद एक बार फिर तो स्वागत है। अमृतसर में वापरे रेल हादसे में मारे गए लोगों के परिवारों को राहत देने सरकार हर संभव यतन कर रही है। मृतकों के परिवारों को सहायता राशि देने तो बाद हुण सरकार ने मृतकों के वारसों को नौकरियां देने का भी ऐलान किया। करीब एक हफ्ता पहला गुरु की नगरी अमृतसर में रेल हादसे दौरान हुई मौतों ने देश भर में हिला के रख दिया। दशहरे के त्यौहार मौके वापरे इस हादसे तो बाद मृतकों के परिवारों को फिक्र सी अपने आने वाले भविख से अपनी रोजी रोटी की, जिसन गंभीरता लेंद्या कैप्टन सरकार के दिशा निर्देशों तहत अमृतसर कारपोरेशन ने मृतकों के परिवारों को नौकरी देने का ऐलान किया। कारपोरेशन के मेयर करमजीत सिंह रिंटू अनुसार इस संबंधी जानकारी तैयार करके मुख्यमंत्री के दफ्तर भेज दी जाएगी। ਉਹਨਾਂ ਪਰਿਵਾਰਾਂ ਦੇ ਜਿਹੜੇ ਵਿੱਚ ਇੱਕ ਇਨਸਕਿਉਰਿਟੀ ਹੈ ਕਿ ਇਹ ਜਿਹੜੇ ਸਾਡਾ ਕੰਪਨਸੇਸ਼ਨ ਵੀ ਖਤਮ ਹੋ ਜਾਏਗਾ, ਰਾਸ਼ਨ ਕਿੰਨੇ ਦਿਨ ਸਾਨੂੰ ਲੋਕ ਪਾ ਦੇਣਗੇ, ਇਹ ਸਾਰੀ ਇੱਕ ਇਨਸਕਿਉਰਿਟੀ ਚੱਲ ਰਹੀ ਸੀ। ਔਰ ਸਰਕਾਰ ਤੋਂ ਵਾਰ ਵਾਰ ਇੱਕ ਮੰਗ ਕੀਤੀ ਜਾ ਰਹੀ ਸੀ ਨੌਕਰੀ ਦੇਣ ਦੀ, ਔਰ ਇਹ ਸਰਕਾਰ ਵਾਸਤੇ ਨੌਕਰੀ ਦੇਣਾ ਇਸ ਵੇਲੇ ਇੱਕ ਬਹੁਤ ਵੱਡਾ ਚੈਲੰਜ ਸੀਗਾ। ਪਰ ਅੱਜ ਅਸੀਂ ਨਗਰ ਨਿਗਮ ਅੰਮ੍ਰਿਤਸਰ ਨੇ, ਮੈਂ ਬਤੌਰ ਮੇਅਰ, ਕਮਿਸ਼ਨਰ ਸਾਹਿਬਾਨ, ਸਾਡੇ ਸੀਨੀਅਰ ਡਿਪਟੀ ਮੇਅਰ, ਅਸੀਂ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਔਰ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇਹ ਜਿਹੜੇ ਮ੍ਰਿਤਕ ਪਰਿਵਾਰਾਂ ਦੇ ਇੱਕ ਇੱਕ ਜਿਹੜਾ ਵੀ ਵਾਰਸ ਆ ਉਸਨੂੰ ਨਗਰ ਨਿਗਮ ਜਿਹੜਾ ਉਹ ਨੌਕਰੀ ਦੇਵੇਗਾ। ਮੇਅਰ ਕਰਮਜੀਤ ਸਿੰਘ ਰਿੰਟੂ ਅਨੁਸਾਰ ਉਹ ਇਸ ਸੰਬੰਧੀ ਸ਼ਨੀਵਾਰ ਨੂੰ ਇੱਕ ਮਤਾ ਵੀ ਪਾਸ ਕਰਨਗੇ। ਸ਼ਨੀਵਾਰ 12 ਵਜੇ ਸਾਰੇ ਹੀ ਜਿਹੜੇ ਸਾਡੇ ਮਾਨਯੋਗ ਮੈਂਬਰ ਨੇ ਹਾਊਸ ਦੇ, ਉਹਨਾਂ ਨੂੰ ਬੁਲਾ ਲਿਆ ਔਰ ਉਹਦਾ ਸਾਡਾ ਸਿਰਫ ਇੱਕ ਹੀ ਉਦਨ ਮਤਾ ਹੋਏਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਉੱਥੇ ਜਿਹੜਾ ਸ਼ੋਕ ਸਭਾ ਹੋਏਗੀ ਔਰ ਉਸ ਤੋਂ ਬਾਅਦ ਇੱਕ ਹੀ ਜਿਹੜਾ ਏਜੰਡਾ ਸਾਡਾ ਹੋਏਗਾ ਉਹ ਇਹ ਹੋਏਗਾ ਕਿ ਅਸੀਂ ਇਹ ਜਿਹੜਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਦਈਏ ਤਾਂ ਜੋ ਇਹ ਲਗਭਗ ਜਿਹੜੇ 58 ਲੋਕਾਂ ਨੇ ਜਾਨ ਗਵਾਈ ਆ ਇਹਨਾਂ ਦੇ ਵਾਰਸਾਂ ਨੂੰ ਅਸੀਂ ਇੱਕ ਇੱਕ ਪਰਿਵਾਰ ਦੇ ਵਿੱਚੋਂ ਇੱਕ ਇੱਕ ਨੌਕਰੀ ਦੇ ਸਕੀਏ। ਕ੍ਰਾਈਟੇਰੀਆ ਹੁੰਦਾ ਕਿ ਅਸੀਂ ਤਾਂ ਜਿਹੜਾ ਨੋਨ ਪ੍ਰੋਫੈਸ਼ਨਲਾਈਜ਼ ਕੇਡਰ ਆ ਜਿੱਥੇ ਜਿਹੜਾ ਸਾਡੀ ਜੂਰੀਡਿਕਸ਼ਨ 'ਚ ਕਾਰਪੋਰੇਸ਼ਨ ਦੇ 'ਚ ਉਹ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਨੌਕਰੀ ਦੇ ਸਕਦੇ ਹਾਂ ਔਰ ਦੂਸਰਾ ਕ੍ਰਾਈਟੇਰੀਆ ਉਹਨਾਂ ਦੀ ਕੁਆਲੀਫਿਕੇਸ਼ਨ ਹੋਏਗਾ ਔਰ ਜੇ ਕੋਈ ਅਨਪੜ੍ਹ ਵੀ ਹੋਏਗਾ ਉਸਨੂੰ ਵੀ ਅਸੀਂ ਸਪਾਈਸ ਸੇਵਕ ਦੀ ਜਾਂ ਕੋਈ ਇੱਦਾਂ ਦੀ ਜਿਹੜੀ ਜੋਬ ਹੈ ਉਹ ਮੁਹੱਈਆ ਕਰਾਂਗੇ। ਹਾਲਾਂਕਿ ਦੁਨੀਆ ਦੀ ਕੋਈ ਵੀ ਸਹਾਇਤਾ ਰਾਸ਼ੀ ਜਾਂ ਨੌਕਰੀ ਇਹਨਾਂ ਪਰਿਵਾਰਾਂ ਦੇ ਦੁੱਖ ਨੂੰ ਘਟਾ ਨਹੀਂ ਸਕਦੀ ਅਤੇ ਨਾ ਹੀ ਇਸ ਅਨਾਈ ਮੌਤ ਦੀ ਭੇਟ ਚੜੀਆਂ ਉਹ ਜਾਨਾਂ ਕਦੇ ਵਾਪਸ ਆ ਸਕਦੀਆਂ ਨੇ, ਪਰ ਇੰਨਾ ਜ਼ਰੂਰ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਜਾਣ ਤੋਂ ਬਾਅਦ ਇਹ ਨੌਕਰੀਆਂ ਪਿੱਛੇ ਬੈਠੇ ਘਰ ਜੀ ਨੂੰ 2 ਵਕਤ ਦੀ ਰੋਟੀ ਜ਼ਰੂਰ ਮੁਹੱਈਆ ਕਰਵਾ ਦੇਣਗੀਆਂ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਮਲੇਰਕੋਟਲਾ ਵਿੱਚ ਕੁਝ ਕਿਸਾਨਾਂ ਵੱਲੋਂ ਸਬਜ਼ੀਆਂ ਨੂੰ ਗੰਦਾ ਪਾਣੀ ਲਾਉਣ ਦਾ ਮਾਮਲਾ ਸਾਹਮਣੇ ਆਇਆ, ਪਰ ਇਸ ਪਿੱਛੇ ਕਿਸਾਨ ਆਪਣੀ ਮਜਬੂਰੀਆਂ ਗਿਣਵਾ ਰਹੇ ਨੇ ਤਾਂ ਦੂਜੇ ਪਾਸੇ ਇਸ ਜਾਣਕਾਰੀ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ। ਅਕਸਰ ਹੀ ਸਾਨੂੰ ਡਾਕਟਰ ਜਾਂ ਹੋਰ ਸਿਆਣੇ ਵਿਅਕਤੀ ਚੰਗੀ ਸਿਹਤ ਲਈ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਨੇ, ਪਰ ਮਿਲਾਵਟਖੋਰ ਦੇ ਇਸ ਦੌਰ ਵਿੱਚ ਸ਼ਾਇਦ ਹੁਣ ਸਬਜ਼ੀਆਂ ਵੀ ਖਾਣ ਯੋਗ ਨਹੀਂ ਰਹੀਆਂ। ਮਾਮਲਾ ਸਬਜ਼ੀਆਂ ਦੀ ਹੱਬ ਮੰਨੇ ਜਾਂਦੇ ਮਲੇਰਕੋਟਲਾ ਦਾ, ਜਿੱਥੇ ਸਬਜ਼ੀਆਂ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਆਪਣੀਆਂ ਸਬਜ਼ੀਆਂ ਵਿੱਚ ਗੰਦਾ ਨਾਲਿਆਂ ਦਾ ਪਾਣੀ ਪਾ ਰਹੇ ਨੇ, ਪਰ ਪ੍ਰਸ਼ਾਸਨ ਸਭ ਕੁਝ ਜਾਣਦਿਆਂ ਵੀ ਮੁੱਖ ਦਰਸ਼ਕ ਬਣਿਆ ਹੋਇਆ। ਉੱਧਰ ਆਮ ਲੋਕ ਅਜਿਹੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ। ਮਲੇਰਕੋਟਲਾ ਸ਼ਹਿਰ ਦੇ ਵਿੱਚ ਡਰੇਨ ਦੇ ਗੰਦੇ ਪਾਣੀ ਦੇ ਨਾਲ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ ਅਤੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਖਰੀਦ ਕੇ ਉਹਨਾਂ ਨੂੰ ਲੈ ਕੇ ਜਾਂਦੇ ਹਾਂ, 1-2 ਦਿਨ ਰੱਖਦੇ ਹਾਂ ਤਾਂ ਉਹਨਾਂ ਦੇ ਵਿੱਚ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਨਾਲ ਹੀ ਗੰਦੇ ਪਾਣੀ ਦੇ ਨਾਲ ਜਿਹੜੀਆਂ ਸਬਜ਼ੀਆਂ ਉਗਾਈਆਂ ਜਾ ਰਹੀਆਂ ਨੇਗੀਆਂ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ ਨੇ। ਜੇ ਤਾਜ਼ੇ ਪਾਣੀ ਨਾਲ, ਵਧੀਆ ਪਾਣੀ ਦੇ ਨਾਲ ਸਬਜ਼ੀਆਂ ਉਗਾਈਆਂ ਜਾਣ ਤਾਂ ਸਿਹਤ ਦੇ ਨਾਲ ਮਤਲਬ ਕੋਈ ਖਿਲਵਾੜ ਨਹੀਂ ਹੋਏਗਾ। ਸਥਾਨਕ ਵਾਸੀਆਂ ਅਨੁਸਾਰ ਗੰਦੇ ਪਾਣੀ ਨਾਲ ਉਗਾਈਆਂ ਗਈਆਂ ਸਬਜ਼ੀਆਂ ਦੇ ਨਾਲ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ, ਇਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਅਸੀਂ ਦੇਖਦੇ ਹਾਂ ਮਤਲਬ ਸ਼ਹਿਰ ਦੇ ਇਸ ਇਲਾਕੇ ਜੋ ਜਿੱਥੇ ਪਾਣੀ ਲੱਗਦਾ ਹੈ, ਤੁਸੀਂ ਉੱਥੋਂ ਦੀ ਸਬਜ਼ੀ ਖਰੀਦੋਗੇ, ਉੱਥੇ ਸਬਜ਼ੀ ਬਣਾਉਂਦੇ ਹੋ ਘਰੇ, ਉਹ ਸਬਜ਼ੀ ਨਹੀਂ ਬਣਦੀ, ਉਹਦਾ ਟੇਸਟ ਨਹੀਂ ਹੁੰਦਾ, ਉਹ ਕੁਛ ਦਿਨ ਪਈ ਰਹੇ ਤਾਂ ਉਹ ਗਲ ਸੜ ਜਾਂਦੀ ਹੈ, ਦੋ ਦਿਨਾਂ ਬਾਅਦ ਖਰਾਬ ਹੋ ਜਾਂਦੀ ਹੈ। ਅਤੇ ਅਸੀਂ ਦੇਖੇ ਨੇ ਕਈ ਜਿਹੀਆਂ ਦੁਕਾਨਦਾਰੀ ਹੈ ਬਾਹਰੋਂ, ਕੋਈ ਕਈ ਵਾਰੀ ਲੋਕ ਸਾਡੇ ਮਿਲਣ ਵਾਲੇ ਸਾਗ ਸੂਗ ਲੈ ਕੇ ਆ ਜਾਂਦੇ ਨੇ ਬਾਹਰੋਂ, ਜਾਂ ਸਬਜ਼ੀ ਲੈ ਕੇ ਆ ਜਾਂਦੇ ਨੇ, ਕੱਦੂ ਵਗੈਰਾ, ਉਹ ਇੰਨੇ ਟੇਸਟੀ ਬਣਦੇ ਨੇ, ਇੰਨੇ ਵਧੀਆ ਬਣਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਗੰਦੇ ਪਾਣੀ ਦਾ ਉਹ ਅਸਰ ਜਿਹੜਾ ਹੈ ਉਹ ਨਹੀਂ ਹੁੰਦਾ। ਤਾਂ ਇਸ ਕਰਕੇ ਕਹਿੰਦੇ ਹਾਂ ਅਸੀਂ ਵੀ ਇਹ ਤਾਂ ਸਰਕਾਰ ਦਾ ਬਹੁਤ ਬੜਾ ਮਤਲਬ ਉਹ ਹੈ, ਅਣਗਹਿਲੀ ਹੈ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਇਹ ਬੰਦ ਹੋਣਾ ਚਾਹੀਦਾ ਸਿਸਟਮ। ਪਰ ਦੂਜੇ ਪਾਸੇ ਕਿਸਾਨਾਂ ਦੀ ਮੰਨੀਏ ਤਾਂ ਉਹਨਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਕੋਲ ਖੇਤੀ ਲਈ ਥੋੜ੍ਹੀ ਜ਼ਮੀਨ ਹੈ ਅਤੇ ਇੰਨੀ ਘੱਟ ਜ਼ਮੀਨ ਲਈ ਸਰਕਾਰ ਵੱਲੋਂ ਉਹਨਾਂ ਨੂੰ ਟਿਊਬਵੈੱਲ ਕਨੈਕਸ਼ਨਾਂ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਉਹ ਮਜਬੂਰੀ ਵੱਸ ਆ ਕੇ ਖੇਤ ਨੂੰ ਗੰਦਾ ਪਾਣੀ ਲਗਾਉਂਦੇ ਨੇ। ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ, 10-10 ਬਿੱਘੇ ਵਾਲੇ ਕਿਸਾਨ ਨੇ ਜਿਹੜੇ, ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲ ਰਹੇ,
ਇਸ ਕਰਕੇ ਉਹ ਗੰਦੇ ਨਾਲੇ ਦਾ ਪਾਣੀ ਲਾ ਰਹੇ ਨੇ। ਹਾਂ ਬਹੁਤ ਬਹੁਤ ਮਜਬੂਰੀ ਹੈ ਜੀ, ਬੇਬਸ ਹੋ ਕੇ ਉਹਨਾਂ ਨੂੰ ਗੰਦੇ ਨਾਲੇ ਦਾ ਪਾਣੀ ਲਵਾਉਣਾ ਪੈ ਰਿਹਾ। ਦੋ ਦੋ ਤਿੰਨ ਤਿੰਨ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਕੋਈ ਕਨੈਕਸ਼ਨ ਨਹੀਂ ਮਿਲ ਰਿਹਾ, ਉਹਨਾਂ ਦੀ ਹਾਲਤ ਬਹੁਤ ਮਾੜੀ ਹੈ, ਫਸਲ ਉਗਾਉਣ ਵਾਸਤੇ ਉਹਨਾਂ ਨੂੰ ਗੰਦੇ ਨਾਲੇ ਦਾ ਪਾਣੀ ਲਗਾਉਣਾ ਪੈ ਰਿਹਾ। ਖੈਰ ਕਿਸਾਨਾਂ ਦੀ ਆਪਣੀ ਮਜਬੂਰੀ ਹੈ ਅਤੇ ਖਰੀਦਦਾਰਾਂ ਦੀ ਆਪਣੀ, ਪਰ ਇਸ ਵਿੱਚ ਦੋਸ਼ ਕਿਸਦਾ ਹੈ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਸਾਨ ਸਰਕਾਰ ਤੋਂ ਤੰਗ ਨੇ ਅਤੇ ਖਰੀਦਦਾਰ ਮਿਲਾਵਟੀ ਸਮਾਨ ਤੋਂ। ਫਿਲਹਾਲ ਇਹ ਸਿਲਸਿਲਾ ਹੋਰ ਕਿੰਨੀ ਦੇਰ ਚੱਲਦਾ ਇਸ ਬਾਰੇ ਵੀ ਕੁਝ ਕਹਿਣਾ ਮੁਸ਼ਕਿਲ ਜਾਪ ਰਿਹਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਜ਼ਿਲ੍ਹਾ ਸੰਗਰੂਰ ਵਿੱਚ ਪੁਲਿਸ ਨੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਜਾਲਸਾਜ਼ੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ। ਪੁਲਿਸ ਨੇ ਪ੍ਰਿੰਸੀਪਲ ਨੂੰ ਰਿਸ਼ਵਤ ਲੈਣ ਅਤੇ ਨਕਲੀ ਕਾਗਜ਼ ਤਿਆਰ ਕਰਕੇ ਅਧਿਆਪਕਾਂ ਦੀਆਂ ਬਦਲੀਆਂ ਕਰਾਉਣ ਦੇ ਇਲਜ਼ਾਮ ਵਿੱਚ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ। ਇਸ ਪਵਿੱਤਰ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ 1 ਲੱਖ ਤੋਂ ਵੱਧ ਫੁੱਲਾਂ ਦੇ ਨਾਲ ਸਜਾਇਆ ਗਿਆ। ਆਓ ਦੇਖਦਿਆਂ ਇਸ ਦਿਹਾੜੇ ਨੂੰ ਸਮਰਪਿਤ ਸਾਡੀ ਖਾਸ ਰਿਪੋਰਟ। ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ 24 ਸਤੰਬਰ ਨੂੰ 1534 ਈਸਵੀ ਨੂੰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਮਾਤਾ ਪਿਤਾ ਦਾ ਸਾਇਆ ਉਸ ਵਕਤ ਸਿਰ ਉੱਠ ਗਿਆ ਜਦੋਂ ਗੁਰੂ ਸਾਹਿਬ 7 ਸਾਲ ਦੀ ਉਮਰ ਵਿੱਚ ਸਨ। ਜਿਸ ਤੋਂ ਬਾਅਦ ਗੁਰੂ ਜੀ ਨੇ ਅਬਸਾਰਕੇ ਵਿਖੇ ਆਪਣੇ 5 ਸਾਲ ਬਤੀਤ ਕੀਤੇ, ਜਿੱਥੇ ਆਪ ਘੁੰਗਣੀਆਂ ਵੇਚ ਕੇ ਕਿਰਤ ਵਿੱਚ ਵਿਸ਼ਵਾਸ ਰੱਖਦੇ ਸੀ। ਅਤੇ 27 ਅਕਤੂਬਰ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਭਰ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ, ਜਿਸ ਨੂੰ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਲਕੱਤਾ ਤੋਂ ਆਏ ਵਿਸ਼ੇਸ਼ ਕਾਰੀਗਰਾਂ ਨੇ ਸਜਾਵਟ ਕੀਤੀ ਹੈ। ਫੁੱਲਾਂ ਦੇ ਕਾਰਨ ਸ਼੍ਰੀ ਹਰਿਮੰਦਰ ਸਾਹਿਬ ਦਾ ਕੋਨਾ ਕੋਨਾ ਮਹਿਕ ਰਿਹਾ ਅਤੇ ਮਨਮੋਹਕ ਨਜ਼ਾਰਾ ਸੰਗਤਾਂ ਦਾ ਮਨ ਮੋਹ ਰਿਹਾ। ਜਾਣਕਾਰੀ ਅਨੁਸਾਰ ਇਹ ਫੁੱਲ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਤੋਂ ਮੰਗਵਾਏ ਗਏ ਨੇ। ਇਸ ਤੋਂ ਇਲਾਵਾ ਭਾਰਤ ਅਤੇ ਬੈਂਗਲੋਰ, ਊਟੀ ਅਤੇ ਹੋਰ ਸਥਾਨਾਂ ਤੋਂ ਵੀ ਫੁੱਲ ਮੰਗਵਾਏ ਗਏ ਨੇ। ਪਵਿੱਤਰ ਦਰਸ਼ਨੀ ਡਿਊਟੀ ਤੋਂ ਮੁੱਖ ਭਵਨ ਤੱਕ ਫੁੱਲਾਂ ਦੀ ਲੜੀਆਂ ਨਾਲ ਸਜਾਵਟ ਕੀਤੀ ਗਈ ਹੈ। ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜ ਰਹੀਆਂ ਨੇ, ਜਿਸ ਨੂੰ ਲੈ ਕੇ SGPC ਵੱਲੋਂ ਵੀ ਉਚਿਤ ਪ੍ਰਬੰਧ ਕੀਤੇ ਗਏ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਜਾਂਦੇ ਜਾਂਦੇ ਨਜ਼ਰ ਮਾਰਦਿਆਂ ਹੈਡਲਾਈਨਸ ਤੇ। ਅਲੋਕ ਵਰਮਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ। ਕਾਂਗਰਸ ਨੇ ਕੀਤਾ CBI ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ। ਸੁਖਬੀਰ ਬਾਦਲ ਦੇ ਜੁੱਤੀ ਸੁੱਟਣ ਵਾਲੇ ਸਿੱਖ ਕਾਰਕੁਨਾਂ ਨੂੰ ਮਿਲੇ ਸੁਖਪਾਲ ਖਹਿਰਾ। 29 ਨਵੰਬਰ ਨੂੰ ਸੰਗਰੂਰ ਜੇਲ੍ਹ ਦੇ ਬਾਹਰ ਧਰਨੇ ਦਾ ਕੀਤਾ ਐਲਾਨ। ਕਾਂਗਰਸ ਅਤੇ ਅਕਾਲੀ ਦਲ ਤੇ ਲਗਾਏ ਗੰਭੀਰ ਇਲਜ਼ਾਮ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ 1 ਲੱਖ ਤੋਂ ਵੱਧ ਫੁੱਲਾਂ ਦੇ ਨਾਲ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ। ਵੱਡੀ ਗਿਣਤੀ ਵਿੱਚ ਸੰਗਤਾਂ ਭਰ ਰਹੀਆਂ ਨੇ ਹਾਜ਼ਰੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਜੁੜੇ ਰਹੋ D5 ਚੈਨਲ, ਪੰਜਾਬੀ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।